ਹੁਣੀ ਆਈ ਸਾਈਡ ਦੇ 9 ਵੱਜ ਚੁੱਕੇ ਇਹ ਚੱਲਦਾ ਆਪਣਾ ਗ੍ਰੇਡ ਢੇਰਿਆ ਥੋੜਾ ਦਾ ਦਿਖਾਉਂਦੇ ਤੁਹਾਨੂੰ ਕਿੱਦਾਂ ਢੇਰਿਆ ਤੋੜਦੇ ਹੁੰਦੇ ਤੇ ਬੈਡ ਕਿੱਦਾਂ ਪ੍ਰੋਫਾਈਲ ਹੁੰਦਾ ਕਰਦਾ ਮੁੰਡਾ ਔਰ ਮੈਂ ਇੱਥੇ ਅੱਗ ਸੇਕਦਾ ਬਾਈ ਬੈਡ ਮੈਂਡੂਲੇਸ਼ਨ ਗਣੀ ਆ ਰਹੀ ਗਣੀ ਕਿ ਆ ਰਹੀ ਗ੍ਰੇਡਿੰਗ ਹੀ ਕੀਤੀ ਅਜੇ ਉਹ ਕਰਿਆ ਕਰਦਾ ਠੀਕ ਪੰਜ ਸੱਤ ਪਲੇਟ ਹੋ ਜਾਏਗੇ ਸੈੱਟ ਹੋ ਜਾਏਗੀ ਆਪਣੇ ਆਪ ਥੋੜ੍ਹਾ ਘੱਟ ਢਿੱਡ ਕਰਕੇ ਪਲੇਟ ਡੇਰੀਆਂ ਦਾ ਖਲਾਰਾ ਪਾ ਲਓ ਜੋੜ ਜਾੜ ਤੋਂ ਵਧੀਆ ਮਾਰਦਾ ਆਪਣਾ ਸਿਲੰਡਰ ਐਂਡ ਕਰਾਉਂਦਾ ਪੂਰੀ ਆ ਕੇ ਆਪਣਾ ਡੰਫਰ ਮਿੱਟ ਲੈ ਕੇ ਨਹੀਂ ਵੀ ਧੱਕ ਪਾਉਂਦੇ ਪੂਰੀ ਪੰਜ ਪੰਜ ਚਾਰ ਚਾਰ ਘੜੀ ਆਉਂਦੇ ਲਗਾਤਾਰ ਪਾਣੀ ਦਾ ਟੈਂਕ ਖੜਾ ਹਾਂ ਵੀਡੀਓ ਬਣਾਉਣ ਦੇ ਕਿੱਦਾਂ ਫਿਰ ਕਿਆ ਕਰਨਾ ਹੁਣ ਇਸਕਾ ਸਾਰੇ ਫਿਰ ਇਕੱਠੇ ਹੋ ਰਹੇ ਇਹਨੂੰ ਪਤਾ ਨਹੀਂ ਕਿਹੜੀ ਬਿਮਾਰੀ ਲੱਗੀ ਸਬਗ੍ਰੇਡ ਤਾਂ ਆ ਗਿਆ ਹੁਣ ਤਾਂ ਆਪਣਾ ਮਾੜੀ ਮੋਟੀ ਹੋਰ ਪੈਣੀ ਲੈਵਲ ਲਾ ਦੇਣੇ ਹੁਣ ਇਸ ਪੈ ਦੇ ਦੇਗੇ ਚਾਬੀ ਲੈ ਲਈਏ ਪਹਿਲੇ ਇੰਜਣ ਨਹੀਂ ਖੋਲਣਾ ਡੇਰੀ ਰੈਡੀ ਟੁੱਟਣੀ ਇੱਕ ਸਾਈਡ ਗਈ ਬਾਕੀ ਸਾਰੀ ਟੁੱਟ ਗਈ ਲਿਆ ਟੀ ਲਿਆ